ਸੋ ਬਾਬਾ ਜੀ ਨਿਮਰਤਾ ਦੇ ਸ਼ਾਂਤੀ ਦੇ ਪਹੁੰਚੇ ਸਨ। ਜਦੋਂ ਵਿਚਰਦੇ ਵਿਚਰਦੇ ਬਾਬਾ ਜੀ ਫਿਰੋਜ਼ਪੁਰ ਦੀ ਧਰਤੀ 'ਤੇ ਗਏ ਨੇ, ਬਾਬਾ ਜਵੰਤ ਸਿੰਘ ਜੀ ਰਾਜਾ ਸਾਂਚੀ ਵਾਲਿਆਂ ਦੇ ਨਾਲ ਮਿਲਾਪ ਹੁੰਦਾ ਜੀ, ਦੋਨੋਂ ਇਕੱਠੇ ਤਪੱਸਿਆ ਕਰਦੇ ਨੇ। ਇੱਕ ਦਿਨ ਬਾਬਾ ਜਵੰਤ ਸਿੰਘ ਜੀ ਕਹਿਣ ਲੱਗੇ, ਬਾਬਾ ਜੀ ਦਾ ਨਾਂ ਲੈ ਕੇ ਆਨੰਦ ਸਿਆਂ, ਜਿਵੇਂ ਨਾਮਦੇਵ ਨੇ ਦੁੱਧ ਪਿਆਇਆ ਏ, ਧੰਨੇ ਭਗਤ ਨੇ ਭੋਗ ਲਵਾਇਆ ਏ, ਕਿ ਆਪਾਂ ਭੋਗ ਨਹੀਂ ਲਵਾ ਸਕਦੇ? ਬਾਬਾ ਜੀ ਕਹਿੰਦੇ ਆਪਾਂ ਵੀ ਲਵਾ ਸਕਦੇ ਹਾਂ, ਪਰ ਕਹਿੰਦੇ ਉਤਨੀ ਵੱਡੀ ਕੁਰਬਾਨੀ ਕਰਨੀ ਪਵੇਗੀ ਜਿੱਡੀ ਵੱਡੀ ਨਾਮਦੇਵ ਨੇ ਧੰਨੇ ਭਗਤ ਨੇ ਕੀਤੀ। ਇਤਿਹਾਸ ਤੋਂ ਤੁਸੀਂ ਸਭ ਵਾਕਫ ਹੋ ਕੇ ਉਹਨਾਂ ਦੀ ਕੀ ਕੁਰਬਾਨੀ ਕੀਤੀ ਸੀ। ਦੋਨਾਂ ਮਹਾਂਪੁਰਖਾਂ ਨੇ ਪ੍ਰਣ ਕਰ ਲਿਆ ਕਿ ਜਿੰਨਾ ਚਿਰ ਸਾਖ ਸਾਖ ਸਰਗੁਣ ਸਰੂਪ ਵਿੱਚ ਜੋ ਸਾਡੀ ਅੱਖ ਦੀ ਪਕੜ ਵਿੱਚ ਆ ਸਕਦੇ ਨੇ, ਸਤਿਗੁਰੂ ਜੀ ਦਰਸ਼ਨ ਨਹੀਂ ਦੇਣਗੇ ਅਤੇ ਉਹਨਾਂ ਚਿਰ ਕੋਈ ਵੀ ਅੰਨ ਜਲ ਪਾਣ ਨਹੀਂ ਕਰਨਾ। ਜੰਗਲ ਵਿੱਚ ਗਏ, ਲੱਕੜਾਂ ਇਕੱਠੀਆਂ ਕੀਤੀਆਂ, ਵੇਚ ਕੇ ਸਿੱਧਾ ਲਿਆਂਦਾ, ਪ੍ਰਸ਼ਾਦਾ ਤਿਆਰ ਕੀਤਾ, ਥਾਲ ਪਰੋਸ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੱਖਿਆ। ਅਰਦਾਸਾਂ ਬੇਨਤੀਆਂ ਜੋਦਰੀਆਂ ਕਰਦੇ ਰਹੇ ਪਰ ਭੋਗ ਨਾ ਲੱਗਿਆ। ਜਦੋਂ ਦੇਖਿਆ ਕਿ ਥਾਲ ਠੰਡਾ ਹੋ ਗਿਆ, ਇਹ ਸਕਣ ਦੇ ਕਾਬਲ ਨਹੀਂ ਰਿਹਾ, ਚੱਕ ਲਿਆਂਦਾ, ਲਿਆ ਕੇ ਬਾਹਰ ਜਾਨਵਰਾਂ ਨੂੰ ਪਾਤਾ, ਪਰ ਆਪ ਅੰਗੀਕਾਰ ਨਹੀਂ ਕੀਤਾ। ਇਸੇ ਤਰ੍ਹਾਂ ਅਗਲੇ ਦਿਨ ਕੀਤਾ ਪਰ ਭੋਗ ਨਾ ਲੱਗਾ। ਕਰਦਿਆਂ ਕਰਦਿਆਂ ਇਸੇ ਦਿਨ ਬਤੀਤ ਹੋ ਗਏ ਨੇ ਪਰ ਭੋਗ ਨਾ ਲੱਗਿਆ। ਜਿਹੜੇ ਪੂਰਨ ਮਹਾਂਪੁਰਖ ਜਪ ਤਪ ਕਰਨ ਵਾਲੇ, ਸਵਾਸ ਸਵਾਸ ਸਰਵਣ ਕਰਨ ਵਾਲੇ, ਉਹਨਾਂ ਦੀ ਪਹਿਲਾਂ ਹੀ ਖੁਰਾਕ ਓਨੀ ਕੁ ਹੁੰਦੀ ਜਿਹਦੇ ਨਾਲ ਸਿਰਫ ਸਵਾਸ ਚੱਲ ਸਕਣ, ਜ਼ਿਆਦਾ ਅੰਨ ਨਹੀਂ ਖਾਂਦੇ, ਕਿਉਂਕਿ ਗੁਰੂ ਸਾਹਿਬ ਨੇ ਆਖਿਆ ਅਲਪ ਆਹਾਰ ਸੁਰਸੀ ਨਿੰਦਰਾ, ਜੇ ਜ਼ਿਆਦਾ ਅੰਨ ਖਾਓਗੇ ਸੁਸਤੀ ਪਵੇਗੀ, ਨੀਂਦ ਆਵੇਗੀ, ਕਿਉਂਕਿ ਅੰਨ ਵਿੱਚ ਨਸ਼ਾ ਏ ਅਤੇ ਨਸ਼ੇ ਦੇ ਨਾਲ ਹੀ ਨੀਂਦ ਆਉਣੀ। ਇਸ ਲਈ ਉਹਨਾਂ ਕੁ ਖਾਂਦੇ ਨੇ ਜਿਹਦੇ ਨਾਲ ਸਿਰਫ ਸਵਾਸ ਚੱਲ ਸਕਣ। ਤੋ ਸਰੀਰ ਇਤਨਾ ਕਮਜ਼ੋਰ ਹੋ ਗਿਆ, ਫਿਰ ਵੀ ਹੱਠ ਕਰਕੇ ਸੱਤਵੇਂ ਦਿਨ ਜੰਗਲ ਵਿੱਚ ਗਏ, ਲੱਕੜਾਂ ਇਕੱਠੀਆਂ ਕੀਤੀਆਂ, ਵੇਚ ਕੇ ਸਿੱਧਾ ਲਿਆਂਦਾ, ਪ੍ਰਸ਼ਾਦਾ ਤਿਆਰ ਕੀਤਾ, ਥਾਲ ਪਰੋਸ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰੱਖਿਆ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦਿਆਂ ਕਰਦਿਆਂ ਮਨ ਦੀ ਅਵਸਥਾ ਐਸੀ ਬਣ ਗਈ, ਭੋਗ ਲਵਾਉਣ ਵਾਲੀ ਗੱਲ ਤਾਂ ਇੱਕ ਪਾਸੇ ਰਹਿ ਗਈ, ਹੁਣ ਮੌਤ ਨੂੰ ਉਡੀਕਣ ਲੱਗ ਪਏ ਨੇ। ਹੁਣ ਵੀ ਮੌਤ ਆਈ ਕਿ ਆਈ, ਹੁਣ ਵੀ ਮੌਤ ਆਈ ਕਿ ਆਈ, ਮੌਤ ਦੀ ਉਡੀਕ ਕਰਨ ਲੱਗ ਪਏ ਨੇ। ਬਾਬਾ ਆਨੰਦ ਸਿੰਘ ਜੀ ਬਾਬਾ ਜਵੰਤ ਸਿੰਘ ਜੀ ਨੂੰ ਕਹਿਣ ਲੱਗੇ, ਜਵੰਤ ਸਿੰਘ, ਇਹ ਜਿਹੜੇ ਪਰਮੇਸ਼ਰ ਨੇ ਸਵਾਸ ਬਖਸ਼ੇ ਨੇ, ਇਹ ਜਿਹੜਾ ਜਨਮ ਬਖਸ਼ਿਆ ਏ, ਕਿਤੇ ਭੰਗ ਦੇ ਪਹਾੜੇ ਨਾ ਚਲਾ ਜਾਵੇ, ਇਹ ਸਵਾਸ ਨਿਸਫਲ ਨਾ ਚਲੇ ਜਾਣ, ਅਤੇ ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰੀਏ ਇਹਨਾਂ ਸਵਾਸਾਂ ਨੂੰ ਇਸ ਜਨਮ ਨੂੰ ਲੇਖੇ ਵਿੱਚ ਲਾ ਲੈਣ।
ਅਤੇ ਕਹਿਣ ਲੱਗੇ ਆਹ ਧਾਰਨਾ ਪੜ੍ਹੋ ਕਿ ਇਹ ਜਨਮ ਤੁਹਾਰੇ ਲੇਖੇ ਵਿੱਚ ਲਾ ਲਓ ਬਾਬਾ ਜੀ। ਧਾਰਨਾ ਪੜ੍ਹਨੀ ਸ਼ੁਰੂ ਕੀਤੀ, ਪੜ੍ਹਦਿਆਂ ਪੜ੍ਹਦਿਆਂ ਸਰੀਰ ਦੀ ਐਸੀ ਦਸ਼ਾ ਹੋ ਗਈ, ਜਿਹੜੇ ਸਰੀਰ ਸੀ ਬੇਹੋਸ਼ੀ ਦੀ ਸ਼ਕਲ ਵਿੱਚ ਚਲੇ ਗਏ, ਨਿਢਾਲ ਹੋ ਕੇ ਧਰਤੀ 'ਤੇ ਡਿੱਗ ਪਏ ਨੇ। ਮੂਰਛਾ ਆ ਗਈ, ਇੱਕਦਮ ਕਮਰੇ ਵਿੱਚੋਂ ਲਾਈਟ ਨਿਕਲੀ, ਕਮਰੇ ਵਿੱਚ ਚਾਨਣਾ ਹੀ ਚਾਨਣਾ ਹੋ ਗਿਆ, ਇਤਨੀ ਤੇਜ਼ ਲਾਈਟ ਆਈ, ਆਵਾਜ਼ ਆਈ, ਹੋਸ਼ ਸੰਭਾਲੋ, ਸੁਰਤ ਵਿੱਚ ਆਓ, ਕਿੰਨੇ ਮੈਂ ਆ ਗਿਆ। ਜਦੋਂ ਇੱਕਦਮ ਆਵਾਜ਼ ਕੰਨੀ ਪਈ, ਸੁਰਤ ਵਿੱਚ ਆਏ, ਕੀ ਤੱਕਦੇ ਨੇ, ਜਿਸ ਜਗ੍ਹਾ 'ਤੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਿਰਾਜਮਾਨ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਿਹਰੇ ਦਾ ਜਿਹੜਾ ਜਲਾਲ ਸੀ, ਉਹ ਬਾਬਾ ਜੀ ਕੋਲ ਝੱਲਿਆ ਨਹੀਂ ਗਿਆ। ਇਤਨਾ ਤੇਜ਼ ਜਲਾਲ ਸੀ, ਉਹ ਝੱਲਿਆ ਨਹੀਂ ਗਿਆ। ਇੱਕਦਮ ਚਰਨਾਂ 'ਤੇ ਢਹਿ ਪਏ ਨੇ, ਹੰਝੂਆਂ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਧੋਤੇ ਨੇ ਬਾਬਾ ਨਾਨਕ ਸਿੰਘ ਜੀ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਉਹ ਨੰਦ ਸਿਆ ਕੀ ਚਾਹੁੰਦਾ? ਬੇਨਤੀ ਕੀਤੀ, ਪਾਤਸ਼ਾਹ ਪ੍ਰਸ਼ਾਦੇ ਨੂੰ ਭੋਗ ਲਾਓ। ਸਤਿਗੁਰੂ ਜੀ ਨੇ ਪ੍ਰਸ਼ਾਦੇ ਨੂੰ ਭੋਗ ਲਾਇਆ, ਸੀਤ ਪ੍ਰਸ਼ਾਦ ਦੋਨਾਂ ਮਹਾਂਪੁਰਖਾਂ ਨੂੰ ਦਿੱਤਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਆਨੰਦ ਸਿਆ ਕਹਿੰਦੇ, ਇਤਨਾ ਹੱਠ ਨਹੀਂ ਕਰੀਦਾ। ਬਾਬਾ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਕਲਯੁੱਗ ਦਾ ਸਮਾਂ ਹੈ, ਅਤੇ ਕਲਯੁੱਗ ਦੇ ਸਮੇਂ ਵਿੱਚ ਇਤਨਾ ਕਰੜਾ ਇਮਤਿਹਾਨ ਨਾ ਲਿਆ ਕਰੋ, ਕਿਤੇ ਕਲਯੁੱਗੀ ਜੀਵ ਨਿਸਰਦਕ ਹੋ ਕੇ ਤੁਹਾਡੇ ਚਰਨਾਂ ਤੋਂ ਦੂਰ ਨਾ ਚਲਾ ਜਾਵੇ। ਦੁਖੀਆ ਦਰਦ ਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਜਦੋਂ ਅਸੀਂ ਗੁਰੂ ਘਰ ਵਿੱਚ ਆਉਣਾ ਜਾਣਾ ਵਧਾਉਂਦੇ ਹਾਂ, ਗੁਰੂ ਘਰ ਦੀ ਸੇਵਾ ਵਧਾਉਂਦੇ ਹਾਂ, ਨਿਤਨੇਮ ਵਧਾਉਂਦੇ ਹਾਂ, ਅਤੇ ਜਿਸ ਵਕਤ ਗੁਰੂ ਘਰ ਵਿੱਚ ਆਇਆ, ਕੋਈ ਕ੍ਰਿਸ਼ਮਾ ਕੋਈ ਝਲਕ ਨਜ਼ਰ ਨਹੀਂ ਆਉਂਦੀ, ਅਤੇ ਫਿਰ ਸਾਡਾ ਮਨ ਚਾਟ ਹੋ ਜਾਂਦਾ ਹੈ, ਅਸੀਂ ਗੁਰੂ ਤੋਂ ਬੇਮੁੱਖ ਹੋ ਜਾਂਦੇ, ਨਿਸਰਦਕ ਹੋ ਜਾਂਦੇ, ਗੁਰੂ ਘਰ ਵਿੱਚ ਜਾਣਾ ਵੀ ਬੰਦ ਕਰ ਦਿੰਦੇ, ਨਿਤਨੇਮ ਵੀ ਸਾਡਾ ਸੁੱਟ ਜਾਂਦਾ, ਅਤੇ ਸੇਵਾ ਵੀ ਸਾਡੀਆਂ ਸੁੱਟ ਜਾਂਦੀਆਂ। ਕੋਈ ਮਹਾਤਮਾ ਤਪੱਸਿਆ ਕਰ ਰਿਹਾ ਸੀ, ਲਾਗੋ ਦੀ ਨਾਰਦ ਮੁਨੀ ਜੀ ਜਾ ਰਹੇ ਸਨ, ਪੁੱਛਣ ਲੱਗਾ ਤਪੱਸਵੀ ਕਿੱਥੇ ਚੱਲੇ ਹੋ? ਕਹਿੰਦਾ ਜੀ ਮੈਂ ਭਗਵਾਨ ਨੂੰ ਮਿਲਣ ਚੱਲਿਆ।
ਤਪਸਵੀ ਕਹਿਣ ਲੱਗਾ, ਜੇ ਤੁਸੀਂ ਭਗਵਾਨ ਨੂੰ ਮਿਲਣ ਚੱਲੇ ਹੋ ਤਾਂ ਇੱਕ ਮੇਰੀ ਵੀ ਭਗਵਾਨ ਦੇ ਚਰਨਾਂ 'ਚ ਜਾ ਕੇ ਬੇਨਤੀ ਕਰ ਦੇਣੀ। ਕਹਿਣ ਲੱਗਾ ਕੀ ਬੇਨਤੀ ਹੈ? ਕਿਹਾ ਭਗਵਾਨ ਨੂੰ ਕਹਿਣਾ ਕਿ ਕਦੋਂ ਦਰਸ਼ਨ ਹੋਣਗੇ। ਨਾਰਦ ਜੀ ਗਏ ਭਗਵਾਨ ਨੂੰ ਮਿਲੇ, ਉਸੇ ਰਸਤੇ ਵਾਪਸ ਪਰਤੇ। ਜਦੋਂ ਲਾਗੋਂ ਦੀ ਲੰਘਣ ਲੱਗੇ ਤਾਂ ਸਾਧਕ ਪੁੱਛਣ ਲੱਗਾ, ਮਿਲਿਆ ਹੈ ਭਗਵਾਨ ਨੂੰ? ਕਹਿੰਦਾ ਜੀ ਹਾਂ ਮੈਂ ਮਿਲ ਆਇਆ। ਕਹਿਣ ਲੱਗਾ ਮੇਰਾ ਸੁਨੇਹਾ, ਮੇਰੀ ਬੇਨਤੀ। ਪਰ ਨਾਰਦ ਜੀ ਬੋਲੇ ਨੇ, ਫਿਰ ਦੁਬਾਰਾ ਬੇਨਤੀ ਕੀਤੀ ਪਰ ਫਿਰ ਨਾਰਦ ਜੀ ਨੇ ਨਹੀਂ ਬੋਲੇ। ਤੀਜੀ ਵਾਰ ਕਹਿਣ ਲੱਗਾ, ਜੇ ਮੇਰੀ ਬੇਨਤੀ ਕਰਨੀ ਤੁਸੀਂ ਭੁੱਲ ਗਏ ਹੋ ਤਾਂ ਕੋਈ ਗੱਲ ਨਹੀਂ। ਨਾਰਦ ਕਹਿੰਦਾ ਮੈਂ ਭੁੱਲਿਆ ਨਹੀਂ, ਪਰ ਹੁਕਮ ਬੜਾ ਸਖਤ ਹੈ। ਕਹਿੰਦਾ ਕੋਈ ਤਾਂ ਹੁਕਮ ਹੈ, ਜੋ ਹੁਕਮ ਮਾਲਕ ਦਾ ਸਾਡੇ ਸਿਰ ਮੱਥੇ 'ਤੇ ਆ। ਨਾਰਦ ਕਹਿੰਦਾ ਭਗਵਾਨ ਨੇ ਆਖਿਆ ਕਿ ਉਸ ਨੂੰ ਕਹਿਣਾ ਕਿ ਜਿਸ ਦਰਖਤ ਦੇ ਥੱਲੇ ਬੈਠ ਕੇ ਤਪੱਸਿਆ ਕਰ ਰਿਹਾ, ਜਿਤਨੇ ਪੱਤੇ ਉਸ ਦਰਖਤ ਨੂੰ ਲੱਗੇ ਨੇ, ਇਤਨੇ ਜਨਮ ਧਾਰ ਕੇ ਮੇਰੀ ਤਪੱਸਿਆ ਕਰੇਗਾ ਅਤੇ ਤਾਂ ਦਰਸ਼ਨ ਹੋਣਗੇ। ਜਦੋਂ ਇਹ ਵਚਨ ਸੁਣਾਇਆ ਤਾਂ ਉਹ ਸਾਧਕ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਉੱਠ ਕੇ ਟੱਪਣ ਲੱਗ ਪਿਆ, ਨੱਚਣ ਲੱਗ ਪਿਆ, ਕੁੱਦਣ ਲੱਗ ਪਿਆ। ਨਾਰਦ ਕਹਿਣ ਲੱਗਾ ਮੈਂ ਤਾਂ ਸੋਚਿਆ ਸੀ ਤੂੰ ਨਸਰਤਕ ਹੋ ਜਾਵੇਂਗਾ, ਪਰ ਤੇਰੀ ਤਾਂ ਕੋਈ ਖੁਸ਼ੀ ਦੀ ਹੱਦ ਨਹੀਂ ਰਹੀ। ਅਤੇ ਅੱਗੇ ਉਸਨੇ ਜਵਾਬ ਦਿੱਤਾ, ਕਹਿੰਦਾ ਮੈਂ ਇਤਨੇ ਜਨਮ ਧਾਰ ਕੇ ਵੀ ਉਹਦੀ ਤਪੱਸਿਆ ਕਰ ਲਵਾਂਗਾ, ਪਰ ਦਰਸ਼ਨ ਤਾਂ ਹੋਣਗੇ ਨਾ, ਆਸ ਤਾਂ ਹੈ ਨਾ। ਕਹਿ ਰਵਿਦਾਸ ਆਸ ਲੱਗ ਜੀਵਾਂ, ਕਦੀ ਇਸ ਦਰਬਾਰ ਤੋਂ ਆਸ ਨਹੀਂ ਛੱਡਣੀ, ਭਰੋਸਾ ਨਹੀਂ ਛੱਡਣਾ, ਨਿਸ਼ਚਾ ਨਹੀਂ ਛੱਡਣਾ। ਆਪਾਂ ਆਪਣਾ ਆਪਣਾ ਸਾਵਰ ਕਰਕੇ ਗੁਰੂ ਦੇ ਉੱਤੇ ਗੁਰੂ ਦੀ ਟੇਕ ਲੈ ਕੇ ਤਤਪਰ ਗੁਰੂ ਘਰ ਦੀ ਸੇਵਾ ਵਿੱਚ ਸਿਮਰ ਵਿੱਚ ਡਟੇ ਰਹਿਣਾ ਹੈ। ਕੋਈ ਇੱਕ ਦਿਨ ਐਸਾ ਆਵੇਗਾ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਨਗੇ, ਪੌਂ ਬਾਰਾਂ ਹੋ ਜਾਣਗੇ, ਸਾਰੇ ਹੀ ਕਪਾਟ ਖੁੱਲ੍ਹ ਜਾਣਗੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਵਾਂਦੇ ਜਾਂ ਜੋ ਮੰਗਣਾ ਮੰਗਲ ਹੈ। ਬਾਬਾ ਜਵਾਨ ਸਿੰਘ ਜੀ ਕਹਿਣ ਲੱਗੇ, ਜਦੋਂ ਮੈਂ ਕੀਰਤਨ ਕਰਾਂ, ਕਿਉਂਕਿ ਕੀਰਤਨ ਕਰਦੇ ਸਨ, ਜਿਤਨੀ ਸੰਗਤ ਸਰੋਤੇ ਹੋਣ ਸਭ ਦੀ ਬਿਰਤੀ ਤੁਹਾਡੇ ਚਰਨਾਂ ਨਾਲ ਲੱਗ ਜਾਵੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤਥਾ ਅਸਤੂ। ਕਹਿੰਦੇ ਨੰਦ ਸਿੰਘ ਤੂੰ ਵੀ ਮੰਗਲਾ ਜੋ ਮੰਗਣਾ। ਬਾਬਾ ਜੀ ਕਹਿਣ ਲੱਗੇ ਮੈਨੂੰ ਮੰਗਣਾ ਨਹੀਂ ਆਉਂਦਾ। ਫਿਰ ਦੂਸਰਾ ਬਚਨ ਆਖਿਆ, ਕਹਿੰਦੇ ਨੰਦ ਸਿੰਘ ਜੋ ਮੰਗਣਾ ਮੰਗਲਾ। ਫਿਰ ਬਾਬਾ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਮੈਨੂੰ ਮੰਗਣਾ ਨਹੀਂ ਆਉਂਦਾ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੀਸਰਾ ਬਚਨ ਹੀ ਜੋ ਮੰਗਣਾ ਮੰਗਲਾ। ਫਿਰ ਬਾਬਾ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਸਤਿਗੁਰੂ ਜੀ ਤੁੱਠੇ ਹੋ ਅਤੇ ਆਪਦਾ ਬਣਾ ਲਓ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੂੰ ਤਾਂ ਕਹਿੰਦਾ ਸੀ ਮੰਗਣਾ ਨਹੀਂ ਆਉਂਦਾ, ਤਾਂ ਮੰਗਣ ਵਾਲੀ ਕਸਰ ਕੀ ਛੱਡੀ? ਜਿਸ ਨੂੰ ਆਪਦਾ ਬਣਾ ਲਿਆ, ਬਾਕੀ ਪਿੱਛੇ ਕੀ ਰਹਿ ਗਿਆ? ਗੁਰਬਾਣੀ ਵਿੱਚ ਵੀ ਪ੍ਰਮਾਣ ਆਉਂਦਾ ਨਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ
ਤੇਰਾ ਹੋਵੇ। ਅੱਜ ਕੌਣ ਨਹੀਂ ਕਹਿੰਦਾ ਕਿ ਸੰਸਾਰ ਦੇ ਵਿੱਚ ਮੈਂ ਮਾਣ ਇੱਜ਼ਤ ਵਡਿਆਈ ਹਾਸਲ ਕਰਾਂ? ਕੌਣ ਨਹੀਂ ਕਹਿੰਦਾ ਕਿ ਮੈਨੂੰ ਬਜ਼ੁਰਗੀ ਹਾਸਲ ਹੋ ਜਾਵੇ? ਕੌਣ ਨਹੀਂ ਕਹਿੰਦਾ ਕਿ ਸਾਰਾ ਜਗਤ ਮੇਰਾ ਹੋ ਜਾਵੇ? ਪਰ ਗੁਰੂ ਸਾਹਿਬ ਨੇ ਆਖਿਆ, ਜੇ ਤੂੰ ਇਹ ਕੁਝ ਚਾਹੁੰਦਾ ਹੈ ਤੂੰ ਇੱਕ ਗੱਲ ਕਰੀ, ਕਹਿੰਦੇ ਤੂੰ ਮੇਰਾ ਬਣ ਜਾਵੇ। ਜੇ ਤੂੰ ਮੇਰਾ ਬਣ ਜਾਵੇਂਗਾ ਤਾਂ ਸਾਰਾ ਜਗਤ ਤੇਰਾ ਬਣ ਜਾਵੇਗਾ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਬਾਬਾ ਆਨੰਦ ਸਿੰਘ ਜੀ ਗੁਰੂ ਨਾਨਕ ਦੇ ਬਣੇ, ਗੁਰੂ ਨਾਨਕ ਬਾਬਾ ਆਨੰਦ ਸਿੰਘ ਜੀ ਦੇ ਬਣ ਕੇ ਫਿਰ ਜਿੱਥੇ ਵੀ ਯਾਦ ਕਰਦੇ ਸਨ ਉੱਥੇ ਸਤਿਗੁਰੂ ਜੀ ਦਰਸ਼ਨ ਦਿੰਦੇ ਸਨ। ਇਕੱਲੇ ਦਰਸ਼ਨ ਨਹੀਂ, ਭੋਗ ਵੀ। ਜਿਹੜਾ ਗੁਰੂ ਨਾਨਕ ਦਾ ਬਣੇਗਾ, ਗੁਰੂ ਨਾਨਕ ਉਹਦਾ ਬਣੇਗਾ। ਬਾਬਾ ਆਨੰਦ ਸਿੰਘ ਜੀ ਗੁਰੂ ਨਾਨਕ ਦੇ ਬਣੇ, ਗੁਰੂ ਨਾਨਕ ਬਾਬਾ ਆਨੰਦ ਸਿੰਘ ਜੀ ਦੇ ਬਣ ਗਏ। ਜਿਹੜਾ ਗੁਰੂ ਨਾਨਕ ਦਾ ਬਣੇਗਾ, ਗੁਰੂ ਨਾਨਕ ਉਹਦਾ ਅਵਸ਼ ਬਣ ਜਾਵੇਗਾ। ਤੁਹਾਡੇ 'ਚੋਂ ਵੀ ਕੋਈ ਬਣ ਕੇ ਦੇਖ ਲਵੇ। ਜਿਹੜਾ ਗੁਰੂ ਨਾਨਕ ਦਾ ਬਣੇਗਾ, ਗੁਰੂ ਨਾਨਕ ਅਵਸ਼ ਉਹਦਾ ਬਣ ਜਾਵੇ। ਤੋ ਇਸ ਘਰ ਦਾ ਇੱਕ ਕਾਇਦਾ, ਕੋਈ ਵੀ ਵਸਤੂ ਪਦਾਰਥ ਆਉਂਦੇ ਨੇ ਪਹਿਲਾਂ ਸਤਿਗੁਰੂ ਜੀ ਨੂੰ ਥਾਲ ਸਜਾ ਕੇ ਭੋਗ ਲਵਾਇਆ ਜਾਂਦਾ ਹੈ, ਫਿਰ ਲੰਗਰ ਵਰਤਦਾ ਹੈ। ਇੱਕ ਦਿਨ ਦਾਸ ਕਿਸੇ ਦੀਵਾਨ ਵਿੱਚ ਇਹ ਬਚਨ ਕਰ ਰਿਹਾ ਸੀ। ਇੱਕ ਸਿੰਘ ਉੱਠ ਕੇ ਕਹਿਣ ਲੱਗਾ, ਉਹ ਨਾਨਕ ਸਿੰਘ ਜੀ ਤੁਸੀਂ ਭੋਗ ਲਵਾਉਣ ਦੀ ਬੜੀ ਗੱਲ ਕਰਦੇ ਹੋ, ਫਿਰ ਇਸ਼ਨਾਨ ਵੀ ਕਰਾਇਆ ਕਰੋ। ਦਾਸ ਨੇ ਬੇਨਤੀ ਕੀਤੀ ਕਿ ਜਿਹੜਾ ਭੋਗ ਲਵਾਉਣ ਦਾ ਦਾਅਵਾ ਰੱਖਦਾ ਹੈ ਉਹ ਇਸ਼ਨਾਨ ਕਰਾਉਣ ਦਾ ਵੀ ਦਾਅਵਾ ਰੱਖਦਾ ਹੈ, ਜਿਹੜਾ ਭੋਗ ਲਵਾ ਸਕਦਾ ਉਹ ਇਸ਼ਨਾਨ ਵੀ ਕਰਵਾ ਸਕਦਾ ਹੈ। ਖਰਿਆ ਹੁੰਦੇ ਹੋਏ ਕੋਈ ਇਸਤਰੀ ਦੱਸਦੀ ਆ ਕਿ ਮੇਰਾ ਪਤੀ ਮੇਰੇ ਨਾਲ ਕੀ ਕਰਦਾ ਹੈ? ਇਹ ਇਸਤਰੀ ਅਤੇ ਪਤੀ ਦਾ ਸੰਬੰਧ ਹੈ, ਮੁਰਸ ਦਾ ਅਤੇ ਸੇਵਕ ਦਾ। ਇਸ ਘਰ ਦੇ ਬਚਨ ਨਿਆਰੇ ਨੇ, ਬਾਬਾ ਜੀ ਨੇ ਸਾਖ ਸਾਖ ਪ੍ਰਗਟ ਗੁਰਾਂ ਕੀ ਦੇਹ ਜਾਗਤ ਜੋਤ ਸਮਝ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਿਆ ਹੈ। ਹਮੇਸ਼ਾ ਬਾਬਾ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁਕਾਰਨਾ, ਕਦੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਕੇ ਨਹੀਂ ਸਨ ਪੁਕਾਰਦੇ, ਹਮੇਸ਼ਾ ਕਹਿਣਾ ਮੇਰਾ ਗੁਰੂ ਨਾਨਕ। ਇੱਥੋਂ ਜਗਰਾਵਾਂ ਤੋਂ ਕੋਈ 5-7 ਕਿਲੋਮੀਟਰ ਦੀ ਦੂਰੀ 'ਤੇ ਸੋਹੀਆਂ ਨਗਰ, ਉੱਥੋਂ ਸੰਗਤ ਆਈ, ਬੇਨਤੀ ਕੀਤੀ ਬਾਬਾ ਜੀ ਸਾਡੇ ਨਗਰ ਵਿੱਚ ਚਰਨ ਪਾਓ। ਜ਼ੋਰ ਪਾਉਣ 'ਤੇ ਬਾਬਾ ਜੀ ਨੇ ਪ੍ਰਵਾਨਗੀ ਦਿੱਤੀ, ਦਿਨ ਨਿਯਤ ਕਰ ਲਿਆ। ਨਿਯਤ ਦਿਨ 'ਤੇ ਸੰਗਤ ਉੱਥੋਂ ਚੱਲ ਕੇ ਆਈ ਬਾਬਾ ਜੀ ਨੂੰ ਲੈਣ ਵਾਸਤੇ, ਅਤੇ ਬਾਬਾ ਜੀ ਪੁੱਛਣ ਲੱਗੇ ਪ੍ਰੋਗਰਾਮ ਕਿੱਥੇ ਰੱਖਿਆ? ਕਿਸੇ ਗੁਰਦੁਆਰਾ ਸਾਹਿਬ ਵਿੱਚ? ਕਹਿੰਦੇ ਨਹੀਂ ਜੀ। ਕਹਿੰਦੇ ਕਿਸੇ ਧਰਮਸ਼ਾਲਾ ਵਿੱਚ? ਕਹਿੰਦੇ ਨਹੀਂ ਜੀ। ਬਾਬਾ ਜੀ ਕਹਿੰਦੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਕੀਤਾ? ਉਹਨਾਂ ਨੇ ਬੇਨਤੀ ਕੀਤੀ, ਬਾਬਾ ਜੀ ਸਾਡੇ ਨਗਰ ਵਿੱਚ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਆਇਆ। ਜਦੋਂ ਕਿਹਾ ਨਾ ਅਜੇ ਤੱਕ ਸਾਡੇ ਨਗਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਆਇਆ, ਅਤੇ ਬਾਬਾ ਜੀ ਭੋਏ 'ਤੇ ਬਿਰਾਜੇ ਸਨ, ਇੱਕਦਮ ਬੜੀ ਤੇਜ਼ੀ ਫੁਰਤੀ ਨਾਲ ਉੱਠ ਕੇ ਖੜ੍ਹੇ ਹੋ ਗਏ।
ਤੇ ਸਾਥੀ ਤੇ ਹੱਥ ਮਾਰ ਕੇ ਕਹਿਣ ਲੱਗੇ, ਕਹਿੰਦੇ ਜਿੱਥੇ ਮੇਰਾ ਗੁਰੂ ਨਾਨਕ ਨਹੀਂ ਗਿਆ, ਜਿੱਥੇ ਮੇਰੇ ਗੁਰੂ ਨਾਨਕ ਦੇ ਚਰਨ ਨਹੀਂ ਪਏ, ਕਹਿੰਦੇ ਉੱਥੇ ਆਨੰਦ ਸਿੰਘ ਨਹੀਂ ਜਾ ਸਕਦਾ। ਇਹ ਸੀ ਭਾਵਨਾ ਬਾਬਾ ਜੀ ਦੀ, ਇਹ ਸੀ ਵਿਵਸਥਾ ਬਾਬਾ ਆਨੰਦ ਸਿੰਘ ਜੀ ਦੀ, ਜਿਨ੍ਹਾਂ ਨੇ ਹਰ ਸਵਾਸ ਗੁਰੂ ਨਾਨਕ ਨੂੰ ਯਾਦ ਰੱਖਿਆ ਹੈ। ਕਹਿੰਦੇ ਜਿੱਥੇ ਮੇਰੇ ਗੁਰੂ ਨਾਨਕ ਦੇ ਚਰਨ ਨਹੀਂ ਪਏ, ਕਹਿੰਦੇ ਉੱਥੇ ਆਨੰਦ ਸਿੰਘ ਨਹੀਂ ਜਾ ਸਕਦਾ। ਐਸੀ ਵਿਵਸਥਾ ਸੀ ਬਾਬਾ ਜੀ।